ਯੂਕੇ ਹੈਲਥ ਵਰਕਰ ਲਈ ਫੰਡ ਇਕੱਠਾ ਕਰਨ ਵਾਸਤੇ 60 ਵਰਿਆਂ ਦਾ ਸਿੱਖ ਬਜ਼ੁਰਗ ਹਰਮਿੰਦਰ ਸਿੰਘ ਪਿਛਲੇ 12 ਦਿਨਾਂ ਤੋਂ 18 ਮੀਲ ਰੋਜ਼ਾਨਾ ਦੌੜ ਰਿਹਾ ਹੈ ਆਪਣੇ 45 ਮੀਟਰ ਲੰਬੇ ਵੇੜੇ ਵਿੱਚ ਮੈਰਾਥਨ ਦੌੜ ਦਾ ਇਹ ਸੰਸਾਰਾ ਜਾਰੀ ਹੈ ਈਸਟ ਲੰਡਨ ਦੇ ਇਲਹੋਰ ਟਾਊਨ ਦੇ ਰਹਿਣ ਵਾਲੇ ਹਰਮਿੰਦਰ ਸਿੰਘ ਦੁਨੀਆ ਦੇ ਸਭ ਤੋਂ ਉਮਰਦਾਰ ਦੌੜਾਕ ਫੌਜਾ ਸਿੰਘ ਦੇ ਕੋਚ ਹਨ ਉਹ ਹੁਣ ਤੱਕ ਟੋਰਾਂਟੋ ਨਿਊਯਾਰਕ ਅਤੇ ਲੰਡਨ ਸਮੇਤ 161 ਮੈਰਾਥਨ ਮੁਕੰਮਲ ਕਰ ਚੁੱਕੇ ਹਨ ਅਤੇ 1 ਮਈ ਨੂੰ ਉਹਨਾਂ ਨੇ 500 ਮੀਲ ਦੌੜ ਦਾ ਚੈਲੰਜ ਸ਼ੁਰੂ ਕੀਤਾ ਸੀ ਇਸ ਦਾ ਮਕਸਦ ਨੈਸ਼ਨਲ ਹੈਲਥ ਸਰਵਿਸ ਅਤੇ ਈਸਟ ਲੰਡਨ ਵਿੱਚ ਫੌਜਾ ਸਿੰਘ ਕਲੱਬ ਹਾਊਸ ਬਣਾਉਣ ਲਈ ਫੰਡ ਇਕੱਠਾ ਕਰਨਾ ਹੈ ਉਹ ਹੁਣ ਤੱਕ 1000 ਪਾਉਂਡ ਦਾ ਫੰਡ ਇਕੱਠਾ ਕਰ ਚੁੱਕੇ ਹਨ ਇਸ ਫੰਡ ਰਾਹੀਂ ਉਹਨਾਂ ਐਨ ਐਚ ਐਸ ਵਰਕਰਾਂ ਲਈ 6000 ਪਾਉਂਡ ਦੀ ਕੀਮਤ ਦੀ ਫੁਲੀ ਇਕਿਪਿਡ ਪੈਰਾਮੈਡਿਕ ਬਾਈਕ ਖਰੀਦਣਾ ਚਾਹੁੰਦੇ ਹਨ ਸਿੰਘ ਸਾਹਿਬ ਅਸਲ ਵਿੱਚ 100 ਬਰਿਆਂ ਦੇ ਕੈਪਟਨ ਟਾਮ ਮੂਰੇ ਤੋਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੇ ਐਨਐਚਐਸ ਲਈ 37 ਮਿਲੀਅਨ ਡਾਲਰ ਦਾ ਫੰਡ ਇਕੱਠਾ ਕੀਤਾ ਹੈ। ਉਹ ਆਪਣੇ ਬਾਗ ਵਿੱਚ ਵਾਕ ਕਰਦੇ ਹਨ ਤੇ ਲੋਕਾਂ ਨੂੰ ਫੰਡ ਦੇਣ ਦੀ ਅਪੀਲ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਦੇ ਸਾਹਮਣੇ ਕੈਪਟਨ ਮੂਰੇ ਦੀ ਮਿਸਾਲ ਸੀ ਕਿਵੇਂ ਉਹਨਾਂ ਹੈਲਥ ਵਰਕਰ ਲਈ ਫੰਡ ਰੇਸ ਕੀਤਾ ਇਸ ਨਾਲ ਮੈਨੂੰ ਵੀ ਇਸ ਉਦਮ ਲਈ ਪ੍ਰੇਰਨਾ ਮਿਲੀ ਅਪ੍ਰੈਲ ਵਿੱਚ ਮੈਂ ਗਾਰਡਨ ਮੈਰਾਥਨ ਸ਼ੁਰੂ ਕੀਤੀ ਮੈਂ ਸੋਚਿਆ ਕਿ ਐਨਐਚਐਸ ਲਈ ਫੰਡ ਰੇਸ ਕਰਨਾ ਹੈ ਇਲਪੋਰਡ ਵਿੱਚ ਫੌਜਾ ਸਿੰਘ ਕਲੱਬ ਹਾਊਸ ਦੀ ਸਥਾਪਨਾ ਲਈ ਵੀ ਫੰਡ ਇਕੱਠਾ ਕਰਨ ਲਈ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਟਾਈਮ ਟੇਬਲ ਬਣਾਇਆ ਅਤੇ ਰੋਜ਼ਾਨਾ ਆਪਣੇ ਗਾਰਡਨ ਵਿੱਚ 18 ਮੀਲ ਦੌੜਨਾ ਸ਼ੁਰੂ ਕੀਤਾ ਇਸ ਤਰ੍ਹਾਂ ਮੈਂ 500 ਮੇਲ ਦੀ ਮੈਰਾਥਨ ਪੂਰੀ ਕਰਨੀ ਹੈ ਹਾਲਾਂਕਿ ਮੇਰੇ ਪੋਤੇ ਪੋਤੀਆਂ ਦੇ ਹੁੰਦੇ ਆ ਇਸ ਲਈ ਮੈਨੂੰ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਉਹ ਵੀ ਮੇਰੇ ਨਾਲ ਗਾਰਡਨ ਵਿੱਚ ਆ ਕੇ ਦੌੜਨ ਲੱਗਦੇ ਹਨ ਸੋ ਮੇਰੇ ਲਈ ਹੁਣ ਕੋਸ਼ਿਸ਼ ਰਹਿੰਦੀ ਹੈ ਕਿ ਜਦੋਂ ਉਹ ਸੁੱਤੇ ਹੋਣ ਖਾਸ ਕਰ ਸਵੇਰ ਦੇ ਵੇਲੇ ਮੈਂ ਆਪਣੀ ਦੌੜ ਪੂਰੀ ਕਰ ਲੈਂਦਾ ਹਾਂ ਉਹ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਮੋਗਾ ਦੇ ਪਿੰਡ ਵੀਰ ਰੌਕੇ ਨਾਲ ਸਬੰਧਿਤ ਸਨ ਇੰਗਲੈਂਡ ਆਉਣ ਤੋਂ ਪਹਿਲਾਂ ਉਹ ਸਿੰਗਾਪੁਰ ਸਨ ਜਿੱਥੇ ਉਹਨਾਂ ਦੇ ਮਾਪੇ ਕੰਮ ਕਰਦੇ ਸਨ ਉਹਨਾਂ ਦਾ ਬਚਪਨ ਸਿੰਗਾਪੁਰ 'ਚ ਬੀਤਿਆ ਉਹ ਸਕੂਲ ਦੇ ਦਿਨਾਂ ਤੋਂ ਹੀ ਮੈਰਾਥਨ ਦੌੜਦੇ ਆ ਰਹੇ ਹਨ ਉਹਨਾਂ ਨੇ 1984 ਵਿੱਚ ਆਪਣੀ ਪਹਿਲੀ ਮੈਰਾਥਨ ਦੌੜੀ ਗਲਾਸਕੋ ਵਿੱਚ ਇਹ ਮੈਰਾਥਨ ਹੋਈ ਸੀ ਉਸ ਤੋਂ ਅਗਲੇ ਸਾਲ ਉਹਨਾਂ ਨੇ ਲੰਡਨ ਮੈਰਾਥਨ ਪੂਰੀ ਕੀਤੀ ਅਤੇ ਫਿਰ ਇਹ ਸلسਲਾ ਲੰਬਾ ਚੱਲਿਆ ਉਹਨਾਂ ਨੇ ਸਿੱਖਨ ਸਿਟੀ ਰਨਿੰਗ ਕਲੱਬ ਬਣਾਇਆ ਹੈ ਅਤੇ ਉਹਨਾਂ ਦੇ ਇਸ ਸਾਲ ਸ਼ਬੀ ਅਪ੍ਰੈਲ ਨੂੰ ਲੰਡਨ ਮੈਰਾਥਨ ਚ ਦੌੜਨਾ ਸੀ ਜੋ ਕੈਨਸਲ ਹੋ ਗਈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕਲੱਬ ਵਿੱਚ ਅਸੀਂ 75 ਮੈਰਾਥਨ ਦੌੜਾਖਾਂ ਸੋ ਮੈਂ ਅਪ੍ਰੈਲ ਵਿੱਚ ਆਪਣੇ ਘਰ ਦੇ ਗਾਰਡਨ ਵਿੱਚ ਮੈਰਾਥਨ ਦੌੜ ਦੀ ਸ਼ੁਰੂਆਤ 7 ਤਾਰੀਖ ਨੂੰ ਕੀਤੀ 14 ਤਾਰੀਖ ਤੱਕ ਮੈਂ ਰੋਜ਼ਾਨਾ ਦੌੜਦਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਪੂਰੇ ਲੰਡਨ ਵਿੱਚ ਗਾਰਡਨ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਸੀ ਉਸ ਦੀ ਪਤਨੀ ਮੁਖਤਿਆਰ ਕੌਰ ਇੱਕ ਲੋਕਲ ਕੇਅਰ ਸੈਂਟਰ ਚ ਕੰਮ ਕਰਦੇ ਹਨ ਤੇ ਦੋਵੇਂ ਪੁੱਤਰ ਪੁਲਿਸ ਆਫਿਸਰ ਹਨ ਤੇ ਗਲੋਬ ਐਡਵਾਈਸ ਓਵਰਸੀਡ এডਿਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਵਿੱਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ